Olé, Sonia! ਮੈਨੂੰ ਤੈਨੂੰ ਆਪਦੀ ਇੱਛਾ ਨਹੀਂ ਹੁੰਦੀ, ਮੈਨੂੰ ਆਪਣੇ ਕਰਮ ਦੀ ਇੱਛਾ ਹੁੰਦੀ ਕਿ ਮੈਂ ਆਪਣੇ ਕਰਮ 'ਚ ਪੂਰਾ ਹੋਵਾਂ। ਮੈਂ ਜ਼ਿੰਦਗੀ 'ਚ ਜਦ ਕਿਸੇ ਨਾਲ ਵਾਅਦਾ ਕੀਤਾ ਜ਼ਿੰਦਗੀ 'ਚ, ਅੱਜ ਨਹੀਂ ਪਹਿਲੀ ਵਾਰ ਨਹੀਂ ਹੋਇਆ, ਜਦੋਂ ਵੀ ਕਦੇ ਕਿਸੇ ਨਾਲ ਕੀਤਾ, ਮੇਰੀ ਸਭ ਤੋਂ ਫਸਟ ਪ੍ਰੈਫਰੈਂਸ ਇਹ ਹੁੰਦੀ ਆ ਕਿ ਇਹ ਵਾਅਦਾ ਪੂਰਾ ਹੋਵੇ। ਤੁਹਾਡੀ ਜ਼ਬਾਨ ਦੇ ਉੱਤੇ ਹੀ ਲੋਕ ਚੱਲਦੇ ਆ, ਜੇ ਤੁਹਾਡੀ ਜ਼ਬਾਨ ਦੀ ਕੀਮਤ ਹੀ ਨਹੀਂ, ਝੂਠ ਬੋਲਦੇ ਹੋ ਤੁਸੀਂ, ਲੋਕਾਂ ਨੂੰ ਫਰਾਡ ਕਰਦੇ ਹੋ, ਤਾਂ ਕੌਣ ਤੁਹਾਡੇ ਪਿੱਛੇ ਲੱਗੇਗਾ। ਇਸ ਕਰਕੇ ਉਸ ਵਾਅਦੇ ਦੇ ਵਿੱਚ ਮੈਂ ਜਿਹੜੀ ਪਾਰਟੀ ਨੇ ਫੈਸਲਾ ਕੀਤਾ, ਤਾਂ ਮੈਂ ਲੋਕਾਂ ਵੀ ਇਹ ਵਾਅਦਾ ਦੇ ਦਿਓ, ਉਹਨੇ ਵਾਅਦਾ ਦਿੱਤਾ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਔਰ ਇਹ ਕੰਮ ਕਰੇਗੀ ਪਾਰਟੀ ਵਿੱਚ ਇੱਜ਼ਤ ਹੋਏਗੀ, ਸਾਡਾ ਸਨਮਾਨ ਹੋਏਗਾ। ਮੈਂ ਇਸ ਗੱਲ ਨੂੰ ਬਹੁਤ ਖੁਸ਼ੀ ਮਹਿਸੂਸ ਕੀਤੀ ਆ, ਇਹਦੇ ਬਣਨ ਦੀ ਮੈਨੂੰ ਬਹੁਤ ਖੁਸ਼ੀ ਆ। ਲੇਡੀ ਔਰਤ ਹੋਣ ਕਰਕੇ, ਕਾਮਯਾਬ ਔਰਤ ਹੋਣ ਕਰਕੇ, ਔਰ ਅਕਲਮੰਦ ਔਰ ਪੜ੍ਹੀ ਲਿਖੀ ਹੋਣ ਕਰਕੇ, ਔਰ ਪਾਰਟੀ ਦੀ ਪੱਕੀ ਵਫ਼ਾਦਾਰ ਹੋਣ ਕਰਕੇ ਇਹਨੂੰ ਇਹ ਇਨਾਮ ਦਿੱਤਾ ਗਿਆ। ਮੈਂ ਕਹਿੰਦਾ ਜੀ, ਇਹ ਤਾਂ ਵੱਡੇ ਭਾਗਾਂ ਦੀ ਗੱਲ ਹੈ ਕਿ ਚੰਗੀ ਗੱਲ ਹੈ। ਮੈਂ ਤਾਂ ਕਹਿੰਦਾ ਹਾਂ ਕਿ ਕਈ ਵਾਰ ਬੰਦਾ ਚੁਣ ਲਈਦਾ ਨਾ, ਤਾਂ ਬੰਦੇ ਨੂੰ ਪਛਤਾਵਾ ਹੁੰਦਾ, ਜਾਂ ਕਿਸੇ ਮਜਬੂਰੀ 'ਚ ਚੁਣਦਾ ਉਹਨੂੰ, ਬੰਦਾ ਕੋਈ ਮੁੱਲ ਵੱਟ ਜਾਂਦਾ ਵੀ ਮਜਬੂਰੀ ਹੁੰਦੀ, ਬੰਦਾ ਚੁਣ ਲਿਆ ਗਿਆ, ਨਾ ਉਹ 'ਚ ਕੋਈ ਕੱਕਲ ਨਾ ਕਾਮਯਾਬੀ ਹੁੰਦੀ। ਲੇਕਿਨ ਇਹ ਇੱਕ ਐਸਾ ਬੰਦਾ ਹੀ ਚੁਣਿਆ ਜਿਹੜਾ ਇਸ ਲੇਡੀ ਨੂੰ, ਇਹ ਹਰ ਪੱਖ ਤੋਂ ਪਰਫੈਕਟ ਹੈ, ਹਰ ਪੱਖੋਂ, ਕੰਮ ਵਿੱਚ, ਸਮਝ ਵਿੱਚ, ਪੜ੍ਹਾਈ ਵਿੱਚ, ਔਰ ਵਿਜ਼ਨ ਹੈ ਇਹਦੇ ਕੋਲ, ਬਹੁਤ ਵੱਡਾ ਵਿਜ਼ਨ ਆ, ਜਿਹਦੇ ਨਾਲ ਇਹ ਬਹੁਤ ਵੱਡੇ ਵੱਡੇ ਕੰਮ ਕਰ ਸਕਦੀਆਂ ਨੇ, ਕੰਮ ਕੀਤੇ ਆ। ਔਰ 20 ਸਾਲ ਹੋ ਗਏ ਨੇ ਮੇਰੇ ਨਾਲ ਲੱਗਿਆ ਨੂੰ, ਅਤੇ ਪਾਰਟੀ ਦੀ ਸੇਵਾ ਕਰਦੇ ਨੂੰ, ਅਤੇ ਅੱਜ ਇਹ ਮੌਕਾ ਆਇਆ। ਮੈਂ ਹਰ ਵਾਰੀ ਦੀ ਟਿਕਟ ਮੈਂ ਕੱਟ ਦਿੰਦਾ ਸੀ, ਮੇਰੇ 'ਤੇ ਬੜਾ ਬੋਝ ਸੀ, ਅਤੇ ਫਿਰ ਇਹ ਕਿਤੇ ਮੈਨੂੰ ਅੱਗੇ ਨਹੀਂ ਬਦਲ ਦਿੰਦੇ, ਸ਼ਾਇਦ ਮੈਂ ਨਹੀਂ ਬਦਲ ਦਿੰਦਾ। ਮੈਂ ਕਿਹਾ ਇਹ ਗਲੋਂ ਲਾਵਾਂ ਇੱਕ ਵਾਰੀ। ਸੋ ਇਸ ਕਰਕੇ ਇਹ ਜੋ ਮੈਂ ਵਾਅਦਾ ਕੀਤਾ ਸੀ, ਹਾਲਾਂਕਿ ਤਾਂ ਇਹ ਵੀ ਮੰਨਣ ਨੂੰ ਤਿਆਰ ਨਹੀਂ ਸੀ, ਕਹਿੰਦੇ ਫਿਰ ਨਹੀਂ ਸਾਨੂੰ ਨਹੀਂ ਚਾਹੀਦੀ। ਮੈਂ ਕਿਹਾ ਚਾਹੀਦੀ ਨਹੀਂ, ਤੁਹਾਨੂੰ ਸਮਝ ਨਹੀਂ ਇਸ ਗੱਲ ਦੀ, ਤੁਹਾਨੂੰ ਚਾਹੀਦੀ ਆ, ਇਹ ਆਪਾਂ ਤੁਹਾਨੂੰ ਦਿਆਂਗੇ। ਸਾਨੂੰ ਤੁਸੀਂ ਬਾਕੀ ਮੈਂਬਰ ਚਮਨ ਸਿੰਘ ਨੂੰ ਜਿਤਾਇਆ, ਜਾ ਕੇ ਜਿਤਾਇਆ, ਮੈਂ ਆਪ ਗਿਆ ਉੱਥੇ, ਇਹ ਵੀ ਗਈ, ਮੈਂ ਆਪ ਗਿਆ ਜਾ ਕੇ ਕੰਧਾਰੀ ਵਗੈਰਾ ਸਾਰਾ ਨਾਲ ਤੁਰ ਕੇ ਉਹਨੂੰ ਕਾਮਯਾਬ ਕਰਾਇਆ। ਔਰ ਇਹਨੂੰ ਅੱਜ ਪਾਰਟੀ ਨੇ ਬਾ ਇੱਜ਼ਤ ਸ਼ਾਨ ਨਾਲ, ਇੱਜ਼ਤ ਨਾਲ ਇਹ ਸਿਰਪਾ ਦਿੱਤਾ ਉਹਨੂੰ। ਮਤਲਬ ਇਸ ਕਰਕੇ ਨਹੀਂ ਵੀ ਕੋਈ ਹੱਥ ਜੋੜ ਕੇ ਲਈ ਆ, ਜਾਂ ਕੋਈ ਤਰਲੇ ਕਰਕੇ ਲਈ ਆ, ਜਾਂ ਪਾਰਟੀ ਕੋਈ ਬੇਈਮਾਨ ਹੋ ਗਈ ਸੀ, ਬਿਲਕੁਲ ਨਹੀਂ। ਪਾਰਟੀ ਨੇ ਸਨਮਾਨ ਵੀ ਦਿੱਤਾ, ਅਤੇ ਦਿਲੋਂ ਦਿੱਤਾ, ਅਤੇ ਸਤਿਕਾਰ ਨਾਲ ਦਿੱਤਾ, ਇਹ ਸਭ ਤੋਂ ਵੱਡੀ ਗੱਲ ਆ। ਔਰ ਇਸ ਕਰਕੇ ਦਿੱਤਾ ਕਿ ਹਰ ਗੱਲੋਂ ਪੂਰੀ ਆ, ਹਰ ਕੰਮ 'ਚੋਂ ਪੂਰੀ ਆ। ਇਸ ਕਰਕੇ ਸਾਨੂੰ ਬੜਾ ਪ੍ਰਾਊਡ ਇਸ ਗੱਲ ਦਾ ਕਿ ਚੰਗਾ ਇੱਕ ਮੈਂਬਰ ਸਾਡੇ ਕੋਲ ਆਇਆ, ਪੜ੍ਹਿਆ ਲਿਖਿਆ, ਜਿਹੜਾ ਕੰਮ ਕਰੂਗਾ, ਪਾਰਟੀ ਦਾ ਨਾਂ ਅੱਗੇ ਵੀ ਕੀਤਾ, ਤਾਂ ਹੁਣ ਅੱਗਾਂ ਫਿਰ ਉੱਚਾ ਕਰਨਗੇ, ਸਾਡਾ ਵੀ ਕਰਨਗੇ, ਪਾਰਟੀ ਦਾ ਵੀ ਕਰਨਗੇ, ਅਤੇ ਇਲਾਕੇ ਦਾ ਵੀ ਹੋਊਗਾ। ਇਲਾਕੇ ਨੂੰ ਪ੍ਰਾਊਡ ਹੋਊਗਾ ਵੀ ਸਾਡਾ ਇੱਕ ਮੈਂਬਰ ਬਣਿਆ, ਉਹਨੇ ਕੋਈ ਕੰਮ ਕੀਤਾ ਜਾ ਕੇ। ਸਾਨੂੰ ਬੜੀ ਖੁਸ਼ੀ ਆ, ਬਹੁਤ